ਹਾਂਜੀ ਸੰਗਤ ਜੀ ਜੈ ਸਾਈਆਂ ਦੀ ਜੈ ਮਸਤਾ ਦੀ ਤੋਂ ਸੰਗਤ ਜੀ ਜੋ ਫਕੀਰੀ ਸਾਈ ਲਾਡੀ ਸ਼ਾ ਸਰਕਾਰ ਜੀ ਕਰ ਗਏ ਉਹ ਫਕੀਰੀ ਅੱਜ ਨਹੀਂ ਹੋ ਸਕਦੀ ਔਰ ਨਾ ਹੀ ਕੋਈ ਕਰ ਸਕਦਾ ਸੰਗਤ ਜੀ ਸਾਈ ਲਾਡੀ ਸ਼ਾ ਸਰਕਾਰ ਜੀ ਦੇ ਦਰਬਾਰ ਤੋਂ ਪਹਿਲਾਂ ਖੱਬੇ ਹੱਥੇ ਇੱਕ ਕਰਿਆਨੀ ਦੀ ਦੁਕਾਨ ਆ ਉਸ ਕਰਿਆਨੀ ਦੀ ਦੁਕਾਨ ਵਾਲੇ ਨੂੰ ਸਾਰੇ ਬਾਜ਼ਾਰ ਵਾਲੇ ਪੰਡਤ ਪੰਡਤ ਕਹਿੰਦੇ ਹੁੰਦੇ ਸੀ ਤੇ ਉਹ ਸਾਈ ਜੀ ਦਾ ਬਹੁਤ ਵੱਡਾ ਮੂਰੀਦ ਸੀ ਔਰ ਅਕਸਰ ਨਕੋਦਰ ਦਰਬਾਰ ਸਾਈ ਜੀ ਨੂੰ ਸਜਦਾ ਕਰਨ ਲਈ ਜਾਇਆ ਕਰਦਾ ਸੀ ਕਹਿੰਦੇ ਨੇ ਇੱਕ ਵਾਰ ਉਹ ਪੰਡਤ ਨੇ ਇੱਕ ਪਲਾਟ ਖਰੀਦਣਾ ਸੀ। ਔਰ ਪਲਾਟ ਖਰੀਦਣ ਵਾਸਤੇ ਉਸਨੇ ਦੂਜੀ ਪਾਰਟੀ ਦੇ ਨਾਲ ਗੱਲ ਕੀਤੀ ਤੇ ਕੁਝ ਟੋਕਨ ਮਣੀ ਉਹਨਾਂ ਨੂੰ ਦੇ ਲਈ ਸੀ ਤੇ ਉਸ ਪੰਡਤ ਨੇ ਕਿਹਾ ਕਿ ਤੁਸੀਂ ਥੋੜਾ ਜਿਹਾ ਮੈਨੂੰ ਸਮੇਂ ਦਿਓ ਮੈਂ ਇੱਕ ਵਾਰ ਸਾਈਂ ਜੀ ਨਾਲ ਗੱਲ ਕਰ ਲਵਾਂ ਕਿ ਸਾਈਂ ਜੀ ਏ ਮੈਂ ਪਲਾਟ ਖਰੀਦਾਂ ਜਾਂ ਨਹੀਂ ਤੇ ਉਹ ਪੰਡਤ ਜੀ ਕਹਿੰਦੇ ਜਿੱਦਾਂ ਮੈਂ ਦਰਬਾਰ ਦੇ ਗੇਟ ਦੇ ਅੰਦਰ ਐਂਟਰ ਕੀਤਾ ਤੇ ਦਰਬਾਰ ਦੇ ਵਿੱਚ ਸਾਈਂ ਜੀ 베ੜੇ ਦੇ ਵਿੱਚ ਆਪਣੀ ਮੌਜ ਦੇ ਵਿੱਚ ਬੈਠੇ ਹੋਏ ਸੀ ਕਹਿੰਦੇ ਜਿੱਦਾਂ ਹੀ ਮੈਂ ਦਰਬਾਰ ਦਾ ਗੇਟ ਐਂਟਰ ਕੀਤਾ ਸਾਈਂ ਜੀ ਨੇ ਦੂਰੋਂ ਮੇਰੇ ਵੱਲ ਦੇਖਿਆ ਤੇ ਸਾਈਂ ਜੀ ਦੂਰੋਂ ਕਹਿਣ ਲੱਗ ਪਏ ਕਿ ਜਾ ਜਾ ਪੰਡਤਾ ਲੈਲਾ ਪਲਾਟ ਜਾ ਬਿਆਨਾ ਕਰ ਦੇ ਤੇ ਉਹ ਪੰਡਤ ਜੀ ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਇਹ ਗੱਲ ਤਾਂ ਮੇਰੇ ਮਨ ਦੇ ਵਿੱਚ ਸੀ ਔਰ ਮੈਂ ਸਾਈਂ ਜੀ ਨੂੰ ਤਾਂ ਇੰਨੀ ਗੱਲ ਦੱਸੀ ਵੀ ਨਹੀਂ ਉਹ ਪਹਿਲਾਂ ਕਿੱਦਾਂ ਜਾਣ ਗਏ ਤੋਂ ਸੰਗਤ ਜੀ ਜੋ ਫਕੀਰੀ ਸਾਈਂ ਲਾਡੀ ਸਾਹਿਬ ਸਰਕਾਰ ਜੀ ਕਰ ਗਏ ਉਹ ਫਕੀਰੀ ਅੱਜ ਨਹੀਂ ਹੋ ਸਕਦੀ ਔਰ ਨਾ ਹੀ ਕੋਈ ਕਰ ਸਕਦਾ ਸੋ ਸੰਗਤ ਜੀ ਬੇਫਿਕਰ ਹੋ ਸਾਈਂ ਜੀ ਤੁਹਾਡੇ ਦਿਲ ਦੀਆਂ ਜਾਣਦੇ ਨੇ ਉਹਨੂੰ ਸਭ ਪਤਾ ਆ ਜੈ ਸਾਈਆਂ ਦੀ ਜੈ ਮਸਤਾ ਦੀ ਸਭ ਨੂੰ ਸਲਾਮ ਆ ਜੀ